ਹਾਂਜੀ ਡਿਊਜ ਵਾਲੇ ਕਿਦਾਂ ਸਾਰੇ ਸਭ ਵਧੀਆ ਜੀ ਅੱਜ ਚਲੋ ਕਈਆਂ ਵੀਰਾਂ ਦੀ ਡਿਮਾਂਡ ਸੀ ਵੀ ਫੈਂਡਰ ਕਿਦਾਂ ਲਾਏਗੇ ਉਹ ਅੱਜ ਵੀਡੀਓ ਪਾਉਣ ਲੱਗੇ ਆਂ ਜੀ ਪਹਿਲਾਂ ਚਲੋ ਸਮਾਂ ਜਣੀ ਬਣ ਰਿਹਾ ਸੀ ਇਹ ਜਿਹੜੇ ਫੈਂਡਰ ਆ ਜੀ ਇਹ ਮਹਿੰਦਰਾ 755 ਵਾਲੀ ਕਿੱਟ ਲਈ ਸੀ ਪ੍ਰੋਪਰ ਪੂਰੀ ਸਾਡੇ 12,000 ਦੀ ਕਿੱਟ ਸੀ ਜੀ ਇਹ ਤੇ ਚਲੋ ਨਟ ਜੇ ਹਜੇ ਰਹਿੰਦੇ ਆ ਉਹਦੇ ਕਾਲੀ ਕਾਲੀ ਚਪਾਲੇ ਜੰਕ ਕੋਟੜ ਪਾਉਣ ਵਾਲੇ ਆ ਤੇ ਇਹ ਨਾ ਨਾਟ ਪੂਰੇ ਮਿਲਦੇ ਨਹੀਂ ਹੈਗੇ ਇਹ ਸਾਰੇ ਇਹ ਨਾਟ ਆਪਾਂ ਨੂੰ ਫੈਂਡਰ ਵਾਲੇ ਆ ਕਰਨੇ ਪੈਂਦੇ ਆਗੇ ਬਾਅਦ ਦੇ ਵਿੱਚ ਹੀ ਲ ਤੇ ਆਹ ਸਾਰਾ ਸਮਾਨ ਸਾਨੂੰ ਇੱਥੇ ਤੱਕ ਜਾਂ ਆਹ ਪਲੇਟ ਤੱਕ ਕੰਪਲੀਟ ਮਿਲਦਾ ਸਪਰਿੰਗ ਸਪਰਿੰਗ ਸਾਰੇ ਸਾਨੂੰ ਸਭ ਕੁਝ ਮਿਲੂਗਾ ਤੇ ਆਪਣੇ ਜਿਹੜਾ ਇਹਦੇ ਵਿੱਚ ਡਿਊਚ ਵਾ ਸੈਟਿੰਗ ਕਰਨੀ ਪੈਂਦੀ ਹੈ ਜੀ ਇਹ ਤੁਹਾਡਾ ਮਹਿੰਦਰੇ ਤੇ ਕਰਾਰੋ ਦੇ ਹਿੱਸੇ ਤੇ ਮੰਨ ਲਓ ਜਿਹੜੇ ਜਿਹੜੇ ਟਰੈਕਟਰ ਤੇ ਆਉਂਦਾ ਹੈਗਾ ਜੌਂਡੀਅਰ ਦੇ ਡਾਨਾਂ ਤੇ ਵੀ ਲੱਗ ਜਾਂਦਾ ਇਹ ਸਭ ਟਰੈਕਟਰਾਂ ਤੇ ਲੱਗ ਜਾਂਦਾ ਇਹ ਜਿਹੜੇ ਆਪਣੇ ਡਾਨਾਂ ਦਾ ਹਿੱਸਾ ਜੇ ਕਰਾਰੂ ਦਾ ਹਿੱਸਾ ਉਹਨਾਂ ਤੇ ਕੰਪਲੀਟ ਸੱਦਾ ਤੋਂ ਸੱਦਾ ਇਦਾਂ ਹੀ ਫਿੱਟ ਹੋ ਜਾਂਦਾ ਇਹ ਪਰ ਡਿਊਜ ਹਾਲੈਂਡ ਲਈ ਇਹਠਾ ਜਿਹੜਾ ਹੱਬ ਆਪਣੇ ਤੁਹਾਡੇ ਬੈਰੰਗਾਲੀ ਜਾਂ ਬੋਸ਼ਾਲੀ ਲਾ ਲਓ ਉਹ ਤਿੰਨ ਨਟਾਂ ਲਈ ਹੁੰਦਾ ਪਲੇਟ ਉਹ ਤੋਂ ਤਿੰਨ ਨਟਾਂ ਤੋਂ ਆਪਣਾ ਜੇ ਤੁਹਾਨੂੰ ਦੇਖਦਾ ਹੋਵੇ ਉਹ ਦੇ ਉੱਪਰ ਜਿਹੜੀ ਆ ਪਲੇਟ ਤਿਆਰ ਕਰੀ ਹੋਈ ਐ ਮੈਂ ਜਿੱਤੇ ਉਂਗਲਾ ਮੇਰੀ ਇਹ 7.5 ਇੰਚ ਦੀ ਪਲੇਟ ਆਈ 7 ਇੰਚ ਲੰਮੀ ਆ 5 ਇੰਚ ਚੌੜੀ ਆ ਤੇ ਆ ਚਲੋ ਇੱਥੇ ਇਹ ਨਿਪਲ ਕਰਕੇ ਫਿਰ ਕੱਟ ਪਾਉਣਾ ਪੈਗਾ ਇਹ ਦੋਨੋਂ ਪਾਸੇ ਕੱਟ ਦੇਣਾ ਪੈਂਦਾ ਉਧਰਲੀ ਪਲੇਟ ਤੇ ਵੀ ਖੱਬੇ ਪਾਸੇ ਵਾਲੀ ਦੇ ਤੇ ਜਿਹੜੇ ਉਹ ਦੇਖੋ ਸਰਾਖ ਮਾਰ ਕੇ ਜਿਹੜਾ ਵਿਚਕਾਰ ਤੋਂ ਉਹ ਨਿਪਲ ਦਿਖਰੇ ਹੋਵੇ ਤੇ ਉਹ ਨਿਪਲ ਲਈ ਵੀ ਉੱਥੇ ਸਰਾਖ ਦੇਣਾ ਪੈਂਦਾ ਤੇ ਉਦੋਂ ਨਿਪਲ ਲਈ ਗ੍ਰੀਸ ਲਈ ਆਪਾਂ ਨੂੰ ਨਿਪਲ ਲਈ ਰੱਖਣਾ ਪੈਂਦਾ ਉਹ ਪਲੇਟ ਪਲੇਟ ਨੂੰ ਜਿਹੜੇ ਕਾਬਲੇ ਪਹਿਲਾਂ ਤਿੰਨ ਨਟ ਵਾਲੇ ਤਿੰਨ ਕਾਬਲੇ ਹੁੰਦੇ ਆ ਉਹ ਛੋਟੇ ਛੋਟੇ ਹੁੰਦੇ ਆ ਉਹ ਔੜੇ ਲੰਮੇ ਪਾਉਣੇ ਪੈਂਦੇ ਆ ਪਲੇਟ ਉਹਨਾਂ ਦੇ ਵਿੱਚ ਕਾਸ ਕੇ ਉਹਦੇ ਉੱਪਰ ਬਸ ਆਪਾਂ ਇਹ ਕਾਸ ਦੇਣਾ ਹੈਗਾ ਇਹਦੇ ਹੇਠਾਂ ਨਾਲ ਜਿਹੜੇ ਬੋਲਟ ਬੈਲਡਿੰਗ ਕਰਦੀਆਂ ਟੋਪੀਆਂ ਜੀ ਠੀਕ ਹੈ ਜੀ ਤੇ ਆ ਉਦਾਂ ਦੇ ਆ ਨਾਲ ਮਿਲਦੇ ਮਿਲਦੇ ਆ ਇਹ ਕਸਦੇ ਆਪਾਂ ਤੇ ਸਪ੍ਰਿੰਗ ਸਾਰਾ ਕੰਪਲੀਟ ਇਦਾਂ ਹੀ ਹੁੰਦਾ ਬਸ ਇਹਦੇ ਉਹਨਾਂ ਦੇ ਕਰਾਰੋ ਜੜਾਨਾਂ ਤੇ ਆਪਣੇ ਪੂਰੇ ਪੱਤੀ ਲੱਗ ਜਾਂਦੀ ਹੈ ਤੇ ਸੈਟਿੰਗ ਬਣ ਜਾਂਦੀ ਹੈ ਇਹ ਤੇ ਫਿਰ ਰਹਿੰਦੀ ਐ ਇਹ ਉੱਚੀ ਪਲੇਟ ਹੋਣ ਕਰਕੇ ਤੇ ਇਹ ਪਲੇਟ ਲਈ ਫਿਰ ਆਪਾਂ ਨੂੰ ਆ ਇੰਨੇ ਚੋਲ ਹਜੇ ਜਿਗਾੜੂ ਜਾ ਕੰਮ ਲਾਇਆ ਹੋਇਆਗਾ ਮੇਰਾ ਇਹ ਪ੍ਰੋਪਰ ਬਣਾ ਕੇ ਲਾਉਣੀ ਆ ਪੱਤੀ ਸਹੀ ਢੰਗ ਨਾਲ ਤੇ ਤਾਂ ਹੀ ਇੱਥੇ ਪੇਂਟ ਨਹੀਂ ਕਰਿਆ ਹੋਇਆ ਉਹ ਸੈਟਿੰਗ ਜੀ ਕਰਨ ਵਾਲਿਆ ਸਮਾਂ ਜਬ ਲੱਗ ਨਹੀਂ ਰਿਹਾ ਸੀ ਉਹਦੇ ਲਈ ਜਿਆ ਟਾਈਮ ਤੇ ਇਹਦੇ ਨਾਲ ਇਹ ਆ ਕੇ ਰੁਕਦਾਗਾ ਇਹ ਦੇਖੋ ਜਦੋਂ ਇਦਾਂ ਟਰੈਕਟਰ ਮਾ ਮੋੜਦੇ ਆ ਬਾਹਰ ਨੂੰ ਹਾਂ ਇਹ ਇਦਾਂ ਚੰਗਾ ਉਹ ਤਾਂ ਪਰੇ ਹਟੋ। ਇਹਦਾ ਕੰਮ ਕੀ ਆ ਪੱਤੀ ਦਾ ਜਦੋਂ ਆਪਾਂ ਹੁਣ ਇਹ ਟਰੈਕਟਰ ਆਪਾਂ ਖੱਬੇ ਹੱਥ ਨੂੰ ਜਦੋਂ ਮੋੜਦੇ ਆ ਤਾਂ ਫੈਂਡਰ ਬਾਹਰ ਨੂੰ ਨਿਕਲੂ। ਜਦੋਂ ਆਪਾਂ ਸੱਜੇ ਪਾਸੇ ਨੂੰ ਮੋੜਾਂਗੇ ਇਹ ਪੱਤੀ ਨੇ ਇਹਦੇ ਨਾਲ ਲੱਗ ਜਾਣਾ। ਫੈਂਡਰ ਅੰਦਰ ਨੂੰ ਨਹੀਂ ਆਉਣ ਦੇਣਾ ਇਹ ਰੋਕਦੀ ਆ ਸਿਰਫ। ਹੋਰ ਕੋਈ ਕੰਮ ਨਹੀਂ ਹੈਗਾ ਇਹਦਾ। ਤੇ ਇਹ ਥੋੜੀ ਜੀ ਸੋਣੀ ਜੀ ਬਣਾ ਕੇ ਲਾਉਣ ਵਾਲੀ ਆ। ਹੋਰ ਕੁਝ ਨਹੀਂ ਬਾਕੀ ਸਾਰਾ ਕੁਝ ਬਣਿਆ ਪੱਤਰਿਆ ਇਦਾਂ ਹੀ ਫਿੱਟ ਹੋ ਜਾਂਦਾ। ਚਲੋ ਹੁਣ ਤਾਂ ਇਹ ਚਲੋ ਥੋੜੇ ਮਹਿੰਗੇ ਆ ਜਿਹੜਾ ਅੱਤ ਤੁਸੀ ਵੀ ਚੋਲੋ ਹਰ ਇੱਕ ਬੰਦਾ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਹੈਗਾ ਤੇ ਉਹਨਾਂ ਨੇ 8500 ਦੇ ਦਿੱਤੇ ਸਾਰੇ ਆਪਣੇ 골ਡ سٹਾਰ ਸਮਾਨ ਵਾਲੇ ਨੇ ਤੇ ਉਹ ਵੀ ਇਹੋ ਚੌਰਸ ਤੇ ਉਹਦੇ ਥੱਲੇ ਪਲੇਟ ਬਣਵਾ ਕੇ ਤਾਂ ਉਹ ਵੀ ਲੱਗ ਜਣਾ ਜਿਵੇਂ 22 ਚਾਂਸ ਉਹਨਾਂ ਨੇ 36 30 ਹਾਲਾਂ ਲਈ ਦਿੱਤੇ ਤਾਂ ਸ਼ਾਇਦ ਉਹ ਸੇਮ ਹੀ ਫਿੱਟ ਆ ਜਾਣਾ ਡੀਲ ਦੇ ਉੱਪਰ ਭਾਜੀ 36 30 ਲਈ ਉਹਨਾਂ ਨੇ ਦਿੱਤੇ ਹੀ ਨਹੀਂ ਹੈਗੇ ਕਰਾਰੋ ਦੇ ਹਿੱਸੇ ਲਈ ਤੇ ਜੌਂਡੀਅਰ ਲਈ ਦਿੱਤੇ ਉਹਨਾਂ ਨੇ ਉਹ ਨੋਟੇ ਪ੍ਰੋਪਰ ਲੱਗ ਜਾਂਦੇ ਆ ਉਹ ਤੇ ਬਾਕੀ ਚਲੋ ਜੇਕਰ ਹਾਲੈਂਡ ਵਾਲੇ ਉਹਨਾਂ ਨੇ ਦਿੱਤੇ ਫਿਰ ਤਾਂ ਸੇਮ ਹੀ ਡਿਊਜ ਤੇ ਫਿਟਿੰਗ ਆ ਜਾਣੀਆਂ ਹੁਣ ਕੰਪਨੀ ਵਾਲਾ ਦੇਖੋ ਮੈਨੂੰ ਪਤਾ ਨਹੀਂ ਵੀ ਡਿਊਜ ਵਾਲੇ ਕਿੰਨੇ ਦਾ ਪ੍ਰਾਈਸ ਆ ਜਾਂ ਕੁਝ ਵੀ ਆ ਫਿਰ ਇਸ ਦਾ ਕਾਸਟਲੀ ਹੋਣਾ ਜਿਸ ਬਾਰੇ ਆਪਾਂ ਨੂੰ ਚਲੋ ਪਤਾ ਨਹੀਂ ਆਪਾਂ ਉਸ ਬਾਰੇ ਨਾ ਕਰੀਏ ਵੀ ਕੀ ਰੇਟ ਹੋਊਗੀ ਨਹੀਂ ਹੋਊਗੀ ਵੀ ਆਹ ਫਿਟਿੰਗ ਆ ਜੀ ਮੇਰੇ ਚਲੋ ਟਾਇਰ ਟਰੈਕਟਰ ਥੋੜਾ ਚੌੜਾ ਹੋਣ ਕਰਕੇ ਮੈਨੂੰ ਆ ਉਦੋਂ ਚਲੋ ਗਰੀਦਰ ਵਾਲਾ ਸਿਸਟਮ ਉੱਚਾ ਕਰਨਾ ਪੈ ਗਿਆ ਸੀ ਕਿਉਂਕਿ ਉਹ ਰੇ ਗਾਰਾ ਵੱਧ ਗਿਰਦਾ ਸੀ ਕਿਤਨਾ ਕਿੰਚ ਉੱਚਾ ਰੱਖਿਆ ਸੀ ਤੇ ਮੈਨੂੰ ਆ ਚੀਜ਼ ਦੀ ਵੀ ਸੈਟਿੰਗ ਕਰਨੀ ਪਈ ਸੀ ਥੋੜਾ ਜਿਹਾ ਲੰਮਾ ਕਰਾਉਣਾ ਪਿਆ ਗਿਆ ਮੈਨੂੰ ਤੇ ਇੱਕ ਆ ਜਿਹੜਾ ਤੁਹਾਡੀ ਲਾਲੋ ਪਲੇਟ ਆ ਜਾਂ ਕੋਣੀ ਮੋੜ ਇਹ ਥੋੜਾ ਜਿਹਾ ਕਟਾ ਕੇ ਨਾ ਇਹ ਥੋੜਾ ਛੋਟਾ ਕਰਨਾ ਪੈਂਦਾ ਹੈਗਾ ਇਹ ਨਹੀਂ ਫਿਰ ਜਿਆਦਾ ਉੱਚਾ ਚੜ ਜਾਂਦਾ ਫੈਂਡਰ ਇਹ ਮੈਨੂੰ ਕੱਟ ਕੇ ਇਹਦੇ ਨਾਲ ਇਧਰੋਂ ਵਧਾਉਣਾ ਪਿਆ ਸੀ ਇਹਦੇ ਨਾਲ ਛੋਟਾ ਪੀਸ ਲਾਉਣਾ ਪੈ ਗਿਆ ਹੋਰ ਕੁਝ ਨਹੀਂ ਹੈਗਾ ਬਾਕੀ ਤਾਂ ਫਿਟਿੰਗ ਬਹੁਤ ਸੌਖੀ ਹੋ ਕੋਈ ਵੱਡੀ ਗੱਲ ਨਹੀਂ ਜਿਹੜਾ ਪਲੇਟ ਪਲੇਟੇ ਲਾਉਣੀ ਆ ਆਪਾਂ ਬਾਕੀ ਕੰਮ ਕੋਈ ਵੱਡਾ ਨਹੀਂ ਹੈਗਾ ਤੇ ਜੇਕਰ ਗੋਲਡ ਸਟਾਰ ਸਾਮਾਨ ਵਾਲਿਆਂ ਨੇ ਦਿੱਤੇ ਹੀ ਜਿਹੜੇ ਕੈਮਲ ਲਾਉਂਦੇ ਆ ਹਾਲੈਂਡ ਲਈ ਤਾਂ ਉਹ ਇੱਥੇ ਆਰਾਮ ਨਾਲ ਲੱਗੇ ਜਾਣਾ ਕੋਈ ਵੱਡੀ ਗੱਲ ਹੀ ਨਹੀਂ ਹੈਗੀ ਬਹੁਤ ਸੌਖਾ ਲੱਗੇ ਜਾਣਾ ਚਲੋ ਆਹ ਸਟicker ਜਿਹੜੇ ਉਹ ਬਣਾਲੇ ਸੀ ਏਡੂ ਜੀਜੀ ਵਾਲੇ ਤੇ ਬਾਕੀ ਤਾਂ ਆਲਮੋਸਟ ਸੇਮ ਹੀ ਆ ਕੋਈ ਵੱਡੀ ਗੱਲ ਨਹੀਂ ਉਹਨਾਂ ਦੇ ਸ਼ਾਇਦ ਉਹ 8500 9000 ਚ ਦੇ ਦੇਣ ਉਹ ਪ੍ਰੋਪਰ ਬੰਦਾ ਜਿਹੜਾ ਮਰਜ਼ੀ ਜ਼ਿੰਮੇਵਾਰਾ ਸਦਾ ਕਾਬਲੇ ਪਾਸੋਂ ਥੋੜੇ ਲੰਮੇ ਲੈਣੇ ਪੈਣੇ ਆਪਾਂ ਨੂੰ ਉਦਾਂ ਹੀ ਫਿੱਟ ਹੋ ਜਾਣੇ ਆ ਉਹ ਬਹੁਤ ਸੌਖਿਆ ਜੇ ਕਰਮਾ ਲਓ ਮਹਿੰਦਰਾ ਦੇ ਸਾਰਿਆਂ ਨਾਲੋਂ ਬਾਕੀ ਨਾਲੋਂ ਚਲੋ ਕੰਪਨੀਆਂ ਚ ਸਸਤੇ ਆ ਹਾਲੈਂਡ ਦੇ ਵੀ ਮਹਿੰਗੇ ਆ ਕਾਫੀ ਹਾਲੈਂਡ ਦੇ ਵਿੱਚ ਇੱਕ ਸਮੱਸਿਆ ਜਿਹੜਾ ਇਹ ਫੈਂਡਰ ਵਾਲੀ ਪਲਾਸਟਿਕ ਬਹੁਤ ਜ਼ਿਆਦਾ ਸੌਫਟ ਦਿੱਤੀ ਹੋਈ ਆ ਉਹ ਵਾਈਬ੍ਰੇਟ ਬਹੁਤ ਕਰਦੀ ਆ ਗਰਮੀਾਂ 'ਚ ਤੇ ਇੱਕ ਜਿਹੜੀ ਓਰੇ ਉਹਦੇ ਪੱਤੀ ਪਾਈ ਹਨ ਜਿੰਸਤੀ ਪਤਲੀਆਂ-ਪਤਲੀਆਂ ਹੈਟ ਲਾਈ ਪਾਸੋਂ ਚਲੋ ਪ੍ਰੋਟੈਕਸ਼ਨ ਦਿੱਤੀ ਹੋਈ ਆ ਵੀ ਜੇ ਕੁਝ ਚੜ ਜਾਏ ਉੱਪਰੋਂ ਬੈਂਡ ਹੋ ਜੇ ਇਹ ਵਧੀਆ ਪਰ ਉਹ ਪੱਤੀਆਂ ਟੁੱਟ ਜਾਂਦੀਆਂ ਨੇ ਤੜ ਜਾਂਦੀਆਂ ਨੇ ਉਹ ਜਦੋਂ ਟੁੱਟ ਗਈਆਂ ਤਾਂ ਫਿਰ ਪਲਾਸਟਿਕ ਟੁੱਟਣ ਲੱਗ ਜਾਂਦੀ ਹੈ ਥੋੜੀ ਜਿਹੀ ਸਮੱਸਿਆ ਹਾਲੈਂਡ ਚ ਆਉਂਦੀ ਹੈ ਜਿਹੜਾ ਜ਼ਿਮੀਂਦਾਰ ਕਿਰਾਏ ਕਰੂਏ ਦਾ ਕੰਮ ਜ਼ਿਆਦਾ ਲੈਂਦਾ ਕਿਉਂਕਿ ਕਿਰਾਏ ਚ ਤੱਕਾ ਤੁੱਕਾ ਹੋ ਜਾਂਦਾ ਜੀ ਦਾ ਚਲੋ ਆਪਦਾ ਘਰ ਦਾ ਕੰਮ ਉਹਦੇ ਜਲਦੀ ਥੋੜਾ ਜਿਹਾ ਸਮਾਂ ਵਧਾ ਲਾ ਜਾਂਦੇ ਉਹ ਇਹਦਾ ਚਲੋ ਥੋੜੀ ਜਿਹੀ ਹੈਵੀ ਹੈ ਪਲਾਸਟਿਕ ਕੋਈ ਦਿੱਕਤ ਨਹੀਂ ਹੈਗੀ ਤੇ ਉਹਨਾਂ ਨੇ ਵੀ ਹੈਵੀ ਹੀ ਦਿੱਤੀ ਆ ਗੋਲ ਸਟਾਰ ਵਾਲਿਆਂ ਨੇ ਤੇ ਬਾਕੀ ਜਮੇ ਜਿਹਨੂੰ ਸੈਟ ਲੱਗਦਾ ਉਦਾਂ ਬੰਦਾ ਤਿਆਰ ਕਰ ਲੈਂਦਾਗਾ ਕੋਈ ਵੱਡੀ ਗੱਲ ਨਹੀਂ ਜੀ ਧੰਨਵਾਦ